ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੱਲ ਕਰਾਂਗੇ ਕੈਨੇਡਾ ਦੀ। ਜਦੋਂ ਵੀ ਰੂਲ ਚੇਂਜ ਹੁੰਦੇ ਆ ਕਿਸੇ ਨਾ ਕਿਤੇ ਰਿਊਮਰਸ ਵੀ ਫੈਲਦੇ। ਸੋ ਜਿੱਦਾਂ ਜਿੱਦਾਂ ਜਿੰਨੇ ਜਿੰਨੇ ਸਮਝਾਇਆ, ਕਿਸੇ ਨੂੰ ਵਧੀਆ ਸਮਝ ਸੀਗੀ ਉਹਨੇ ਵਧੀਆ ਗਿਆਨ ਦੇ ਦਿੱਤਾ, ਜਿਹਨੂੰ ਸਮਝ ਨਹੀਂ ਆਈ ਉਹਨੇ ਆਪਦੇ ਹਿਸਾਬ ਨਾਲ ਲਾਈਵ ਪਾਤਾ। ਮਤਲਬ ਦੌੜ ਸੀਗੀ, ਮੈਂ ਲਾਈਵ ਕਰਦਾ, ਮੈਂ ਵੀਡੀਓ ਕਰਦਾ, ਬਟ ਜਿਹੜੀ ਚੀਜ਼ ਐਕੂਰੇਟ ਸੀਗੀ ਉਹ ਦੱਸੀ ਨਹੀਂ ਗਈ। ਅੱਜ ਉਹ ਚੀਜ਼ਾਂ ਤੋਂ ਨੈਗੇਟਿਵ ਹੋ ਕੇ ਬੱਚਾ ਸੋਚਦਾ ਹਾਏ ਕੈਨੇਡਾ ਦਾ ਵਰਕ ਪਰਮਿਟ ਨਹੀਂ ਮਿਲਦਾ, ਪੜ੍ਹਾਈ ਤੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ। ਲਾਈਵ ਕੀਤਾ ਸੀਗਾ, ਵੀਡੀਓ ਵੀ ਪਿੱਛੇ ਜੇ ਮੈਂ ਪਾਈ ਹੈ, ਦੱਸਿਆ ਉਹਦੇ ਬਾਰੇ ਕੀ ਰੂਲ ਦੇ ਵਿੱਚ ਇੰਪਲੀਮੈਂਟੇਸ਼ਨ ਹੋਈ ਹੈ, ਕੀ ਤਬਦੀਲੀਆਂ ਆਈ। ਓਵਰਆਲ ਅਗਰ ਗ੍ਰਾਫ ਦੀ ਗੱਲ ਕਰੀਏ ਕਿਤੇ ਵੀ ਮੈਨੂੰ ਇਹ ਚੀਜ਼ ਨੈਗੇਟਿਵ ਨਹੀਂ ਦਿਖੀ। ਸੋ ਦੁਬਾਰਾ ਦੱਸੂਗਾ, ਅਗਰ ਕੈਟੇਗਰੀਜ਼ ਨੂੰ ਡਿਫਾਈਨ ਕਰੀਏ ਆਪਾਂ, ਤੁਸੀਂ ਕੋਈ ਵੀ ਐਪਲੀਕੇਸ਼ਨ ਹੋ। ਸੋ ਪਹਿਲੀ ਗੱਲ ਨਵੰਬਰ ਦੀ, 1 ਨਵੰਬਰ ਤੋਂ ਪਹਿਲੇ ਪਹਿਲੇ ਜਿੰਨੀਆਂ ਵੀ ਫਾਈਲਸ ਲੱਗਣਗੀਆਂ, ਚਾਹੇ ਉਹ ਡਿਪਲੋਮਾ ਹੈ, ਬੈਚਲਰਸ ਹੈ, ਮਾਸਟਰਸ ਹੈ, ਪੀਐਚਡੀ ਹੈ, ਡਾਕਟਰੇਟ ਹੈ, ਹਰ ਇੱਕ ਨੂੰ ਵਰਕ ਪਰਮਿਟ ਮਿਲੂ। ਇਸ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨਸ 1 ਨਵੰਬਰ ਤੋਂ ਬਾਅਦ ਲੱਗਣਗੀਆਂ, ਉਹ ਵੀ ਦੋ ਤਰ੍ਹਾਂ ਦੇ ਲੋਕ। ਪਹਿਲੇ ਉਹ ਲੋਕ ਜਿਹੜੇ ਕੋਈ ਡਿਗਰੀ ਦੇ ਵਿੱਚ ਦਾਖਲਾ ਲੈ ਰਹੇ, ਐਗਜ਼ਾਮਪਲ ਕੋਈ ਬੈਚਲਰਸ ਜਾ ਰਿਹਾ, ਕੋਈ ਮਾਸਟਰਸ ਜਾਂ ਪੀਐਚਡੀ ਡਾਕਟਰੇਟ ਦੇ ਵਿੱਚ, ਤੁਹਾਨੂੰ ਵਰਕ ਪਰਮਿਟ ਮਿਲੇਗਾ। ਇਹਦੇ ਨਾਲ ਨਾਲ ਜਿਹੜੇ ਐਪਲੀਕੈਂਟ ਐਸੇ ਹੈ 1 ਨਵੰਬਰ ਤੋਂ ਬਾਅਦ ਫਾਈਲ ਲਾ ਰਹੇ ਹੈ, ਜਿਹੜੇ ਵੀ ਐਪਲੀਕੈਂਟ ਡਿਪਲੋਮੇ ਚ ਦਾਖਲਾ ਲੈ ਰਹੇ, ਚਾਹੇ ਉਹ ਯੂਜੀ ਐਪਲੀਕੇਸ਼ਨ ਹੈ, ਚਾਹੇ ਉਹ ਪੀਜੀ ਐਪਲੀਕੇਸ਼ਨ ਹੈ, ਡਿਪਲੋਮਾ ਕੋਈ ਵੀ ਕਰ ਰਹੇ ਹੋ, 966 ਤਰ੍ਹਾਂ ਦੀ ਪ੍ਰੋਗਰਾਮ ਦੀ ਲਿਸਟ ਜਿਹੜੀ ਇਨ ਡਿਮਾਂਡ ਲਿਸਟ ਹੈਗੀ ਹੈ, 5 ਤਰ੍ਹਾਂ ਦੀ ਕੈਟੇਗਰੀਜ਼ ਨੇ ਜਿਹੜੀਆਂ ਮੈਂ ਆਲਰੇਡੀ ਦੱਸ ਚੁੱਕਾ ਤੁਹਾਨੂੰ, 966 ਪ੍ਰੋਗਰਾਮ ਹੈ। ਤਕਰੀਬਨ 1000 ਪ੍ਰੋਗਰਾਮ ਜਿਹੜਾ ਤੁਸੀਂ ਚੂਜ਼ ਕਰ ਸਕਦੇ ਹੋ, ਚਾਹੇ ਉਹ ਆਰਟਸ ਹੈ, ਕਾਮਰਸ ਹੈ, ਮੈਡੀਕਲ ਹੈ, ਨੋਨ ਮੈਡੀਕਲ ਹੈ, ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਐਜੂਕੇਸ਼ਨ ਕੀਤੀ ਹੈ, ਉਹ 966 ਪ੍ਰੋਗਰਾਮ ਦੇ ਵਿੱਚੋਂ ਤੁਸੀਂ ਕੋਈ ਚੂਜ਼ ਕਰਦੇ ਹੋ, ਤੁਹਾਨੂੰ ਵਰਕ ਪਰਮਿਟ ਮਿਲੇਗਾ। ਸਿਰਫ ਇੱਕ ਛੋਟੀ ਜਿਹੀ ਤਬਦੀਲੀ ਇਹਦੇ ਵਿੱਚ ਇਹ ਆਈ ਸੀਗੀ ਕਿ ਜਿਹੜੇ ਪ੍ਰੋਗਰਾਮਸ ਇਨ ਡਿਮਾਂਡ ਹੈ ਗਵਰਨਮੈਂਟ ਨੇ ਉਹਨੂੰ ਅੱਗੇ ਰੱਖਿਆ, ਜਿਹੜੇ ਇਨ ਡਿਮਾਂਡ ਨਹੀਂ ਹੈ ਉਹ ਥੋੜ੍ਹਾ ਜਿਹਾ ਸਾਈਡ 'ਤੇ ਕੀਤਾ। ਅਦਰਵਾਈਜ਼ ਚਾਹੇ ਬੈਚਲਰਸ ਦਾ ਚਾਹੇ ਡਿਪਲੋਮਾ ਹੈ, ਕੋਈ ਵੀ ਐਪਲੀਕੈਂਟ ਹੈ, ਹਰ ਇੱਕ ਨੂੰ ਵਰਕ ਪਰਮਿਟ ਵੀ ਮਿਲੇਗਾ ਅਤੇ ਪਰਮਾਨੈਂਟ ਰੈਜ਼ੀਡੈਂਸੀ ਵੀ ਹੋਏਗੀ। ਸੋ ਰਿਊਮਰਸ ਤੋਂ ਦੂਰ ਰਹੋ ਅਤੇ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜਿਹੜੇ ਤੁਹਾਨੂੰ ਮਿਸਗਾਈਡ ਕਰਦੇ ਆ। ਸੋ ਜੁੜੇ ਰਹੋ ਜੀ, ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਪਰਿਵਾਰਕ ਮੈਂਬਰਾਂ ਨਾਲ ਸ਼ੇਅਰ ਕਰੋ, ਸੋ ਦੈਟ ਕਿ ਤੁਹਾਡੇ ਤੱਕ ਜਾਂ ਯਾਰਾਂ ਦੋਸਤਾਂ ਤੱਕ ਇੱਕ ਰਾਈਟ ਇਨਫੋਰਮੇਸ਼ਨ ਜਾ ਚੁੱਕੇ। ਧੰਨਵਾਦ।